साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। ਜਿਹੜਾ ਇੱਕ ਪੌਦੇ ਵੰਡਣ ਦੀ ਜਿਹੜੀ ਸ਼ੁਰੂ ਕੀਤੀ ਹੈ ਲੈਫ ਕਲੱਬ ਵੱਲੋਂ, ਇਹਦਾ ਤੁਹਾਡਾ ਕੀ ਮੈਸੇਜ ਹੈ ਕਿ ਲੋਕਾਂ ਨੂੰ ਕਿ ਵਧੀਆ ਭਰਾ ਲਾ ਕੇ ਵਾਤਾਵਰਨ ਨੂੰ ਲੈ ਕੇ? ਦੇਖੋ ਜੀ, ਹਰ ਇੱਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਅੱਜ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਆਈ ਹੈ ਮਨੁੱਖ ਦੀ, ਆਪਣੀ ਹੋਂਦ 'ਤੇ ਆਈ ਹੋਈ ਹੈ। ਆਪਣੀ ਹੋਂਦ ਹੈ ਜਿਹੜੀ ਉਹ ਪ੍ਰਕਿਰਤੀ ਨਾਲ ਜੁੜੀ ਹੋਈ ਹੈ, ਅਤੇ ਪ੍ਰਕਿਰਤੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਇਹ ਆਪਣੇ ਸਾਰੇ ਨਾਗਰਿਕਾਂ ਦੀ ਹੈਗੇ, ਜਿੰਨੇ ਵੀ ਹੈਗੇ ਨੇ। ਅਤੇ ਆਮ ਤੌਰ 'ਤੇ ਇਹ ਪੜ੍ਹਨ 'ਚ ਦੇਖਣਾ ਚਾਹੁੰਦਾ ਕਿ ਆਪਣਾ 66% ਜਿਹੜਾ ਹੈਗਾ ਨਾ ਜੰਗਲ ਹੋਣਾ ਚਾਹੀਦਾ, 33% ਜਿਹੜੀ ਹੈਗੀ ਹੈ ਉਹ ਆਬਾਦੀ ਅਤੇ ਖਾਣ ਪੀਣ ਦਾ ਜਿਹੜਾ ਹੈਗਾ ਉਹਦੇ ਵਾਸਤੇ ਥਾਂ ਚਾਹੀਦੀ ਹੈ, ਸਪੇਸ। ਅਤੇ ਸਾਡੇ ਤਾਂ ਜੰਗਲ ਲਾਉਣ ਦੀ ਜਾਂ ਪ੍ਰਕਿਰਤੀ ਲਾਉਣ ਦੀ ਕੋਈ ਚੀਜ਼ ਹੀ ਨਹੀਂ ਹੈਗੀ, ਖਤਮ ਹੋ ਗਈ। ਅਤੇ ਇਸ ਕਰਕੇ ਇਹ ਸਾਰੇ ਹਰ ਇੱਕ ਬੰਦੇ ਨੂੰ ਔਰਗੈਨਿਕ ਨਾਲ ਜੁੜਨਾ ਚਾਹੀਦਾ। ਔਰਗੈਨਿਕ ਨਾਲ ਬੰਦਾ ਤਾਂ ਹੀ ਜੁੜੇਗਾ ਜੇਕਰ ਉਹ ਪ੍ਰਕਿਰਤੀ ਪ੍ਰੇਮੀ ਹੋਊਗਾ, ਬੂਟਿਆਂ ਨੂੰ ਪਿਆਰ ਕਰੂਗਾ। ਅਤੇ ਉਹਦਾ ਜਿਹੜਾ ਹੁਣ ਆਹ ਸੰਘਰਸ਼ ਚੱਲ ਰਿਹਾ, ਕਿਸਾਨੀ ਸੰਘਰਸ਼ ਚੱਲ ਰਿਹਾ, ਇਹਦਾ ਮੂਲ ਮੰਤਵ ਵੀ ਇਹੀ ਹੈ। ਭਾਵੇਂ ਕਿਸੇ ਦੀ ਸਮਝ 'ਚ ਆਉਂਦਾ ਹੋਵੇ ਜਾਂ ਨਾ ਆਉਂਦਾ ਹੋਵੇ, ਖੇਤੀ ਸੰਘਰਸ਼ ਦੇ ਵਿੱਚ ਜਦੋਂ ਕਿਸੇ ਕੋਲ ਕੋਈ ਜ਼ਮੀਨ ਹੀ ਨਹੀਂ ਰਹੂਗੀ, ਇੱਕ ਬੰਦੇ ਦਾ ਕਬਜ਼ਾ ਹੋਊਗਾ, ਕਿਹਨੇ ਬੂਟੇ ਲਾਉਣੇ ਨੇ, ਕਿਹਨੇ ਉਹਨੂੰ ਰਾਏ ਦੇਣੀ ਹੈ, ਉਹਦੀ ਆਪਣੀ ਮਰਜ਼ੀ ਚੱਲਣੀ ਹੈ, ਅਤੇ ਕਿਹਨੇ ਉੱਥੇ ਆਪਾਂ ਆਪਣੀ ਮਰਜ਼ੀ ਦੀ ਫਸਲ ਬੀਜਣੀ ਹੈ ਜਾਂ ਕੁਛ ਵੀ ਕਰਨਾ ਹੈਗਾ। ਉਹ ਸਾਰੇ ਦਾ ਸਾਰਾ ਜਿਹੜਾ ਸਿਸਟਮ ਹੈ ਨਾ, ਇਹ ਕੁੱਲ ਮਿਲਾ ਕੇ ਸਾਰੇ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ। ਇਹਦੇ ਵਿੱਚ ਹਰ ਇੱਕ ਬੰਦੇ ਨੂੰ ਚਾਹੀਦਾ ਕਿ ਬੂਟੇ ਲਾਉਣ ਦੇ ਵਿੱਚ, ਪ੍ਰਕਿਰਤੀ ਨੂੰ ਸੰਭਾਲਣ ਦੇ ਵਿੱਚ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ, ਅਤੇ ਉਹਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਲਾਈਫ ਕਲੱਬ ਦਾ ਬਹੁਤ ਵਧੀਆ ਉਪਰਾਲਾ। ਇਹਨਾਂ ਨੇ ਵਿਚਾਰਿਆਂ ਨੇ ਕਿੰਨੇ ਦੇਰ ਤੋਂ ਕਿੰਨਾ ਜ਼ੋਰ ਲਾ ਕੇ ਇਹ ਕੰਮ ਸ਼ੁਰੂ ਕੀਤਾ, ਅਤੇ ਬਗੈਰ ਸੰਕੋਚ ਤੋਂ ਛੋਟੇ ਛੋਟੇ ਦੁਕਾਨਦਾਰ ਆਪ ਇਸ ਦੇ ਵਿੱਚ ਸ਼ਾਮਿਲ ਹੋ ਕੇ ਮਿਹਨਤ ਕਰ ਰਹੇ ਨੇ। ਮੈਂ ਤੁਹਾਨੂੰ ਇੱਥੇ ਛੋਟਾ ਜਿਹਾ ਚਲਣਾ ਪਾਉਣਾ, ਅਤੇ 2017 ਦੇ ਵਿੱਚ ਇੱਥੇ ਕਿਸੇ ਕਲੱਬ ਵੱਲੋਂ, ਲੋਇੰਸ ਕਲੱਬ ਵੱਲੋਂ ਨਾ ਬੂਟੇ ਲਾਉਣ ਬਾਰੇ ਸ਼ੁਰੂਆਤ ਕੀਤੀ ਗਈ ਸੀ। ਉਦੋਂ ਅਸੀਂ ਨੇ ਨਗਰ ਕੌਂਸਲ ਵੱਲੋਂ ਸਟੇਡੀਅਮ ਦੇ ਵਿੱਚ ਬੂਟੇ ਲਗਾਏ, ਜਿਹੜੇ ਬੂਟੇ ਅੱਜ ਦੇਖ, ਅਤੇ ਆਪਣਾ ਹਰ ਇੱਕ ਨੂੰ ਆਪਣਾ ਯੋਗਦਾਨ ਇਹਦੇ ਵਿੱਚ ਪਾਉਣਾ ਚਾਹੀਦਾ। ਦੂਜਾ ਜਿਹੜਾ ਇਹ ਖੇਤੀ ਕਾਨੂੰਨ ਲਾਗੂ ਹੋਏ ਨੇ, ਇਹਦੇ ਬਾਰੇ ਬਰੀਕੀ ਨਾਲ ਹਰ ਇੱਕ ਬੰਦੇ ਨੂੰ ਜਾਣਨ ਦੀ ਜ਼ਰੂਰਤ ਹੈ। ਇਹਦਾ ਸਭ ਤੋਂ ਪਹਿਲਾਂ ਜੇ ਕੋਈ ਘਾਟਾ ਹੈਗਾ ਤਾਂ ਇਹ ਜਿਹੜੇ ਛੋਟੇ ਸਾਡੇ ਦੁਕਾਨਦਾਰ ਭਰਾ ਨੇ, ਛੋਟੇ ਪਾਤਰਾਂ 'ਚ ਕੋਈ ਵੱਡਾ ਦੁਕਾਨਦਾਰ ਨਹੀਂ ਹੈ ਵੈਸੇ, ਕਿ ਸਾਰੇ ਇਹ ਛੋਟੀ ਦੁਕਾਨਦਾਰੀ 'ਚ ਆਉਂਦੇ ਨੇ। ਹਰ ਇੱਕ ਬੰਦੇ ਨੂੰ ਸਭ ਤੋਂ ਪਹਿਲਾਂ ਇਹਨੂੰ ਫੇਸ ਕਰਨਾ ਪੈਣਾ। ਇਸ ਕਰਕੇ ਸਾਰਿਆਂ ਨੂੰ ਜਿਹੜਾ ਸੰਘਰਸ਼ ਚੱਲ ਰਿਹਾ ਦਿੱਲੀ, ਉਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ, ਜਿੰਨਾ ਕੁ ਵੀ ਜਿੰਨੇ ਕੁ ਜੋਗਾ ਵੀ ਬੰਦਾ ਹੈਗਾ ਜੀ। ਸਾਡੇ ਨਾ ਹਰ ਇੱਕ ਬੰਦਾ ਧਰਮ ਨਾਲ ਜੁੜਿਆ ਹੋਇਆ, ਹਰ ਇੱਕ ਬੰਦਾ ਧਰਮ ਨੂੰ ਬੇਸ ਬਣਾ ਕੇ ਖਾਸ ਕਰਕੇ ਇੰਡੀਆ ਦੇ ਵਿੱਚ ਜਿਉਂਦਾ ਹੈਗਾ। ਧਰਮ ਦੇ ਵਿੱਚ ਮਹਾਰਾਜ ਨੇ ਸਭ ਤੋਂ ਵੱਡੀ ਸਿੱਖਿਆ ਦਿੱਤੀ ਹੈ, ਸਾਡਾ ਮਾਂ ਪਿਓ, ਅਤੇ ਇਹਦੇ ਬਾਰੇ ਸਾਨੂੰ ਦੱਸਿਆ ਮਹਾਰਾਜ ਲਿਖਿਆ, ਪਾਵਨ ਗੁਰੂ ਸਾਡਾ ਗੁਰੂ ਹੈ ਜਿਹੜਾ, ਜਿਹ ਤੋਂ ਅਸੀਂ ਜੀਣਾ ਸਿੱਖਣਾ, ਉਹ ਹੈਗੀ ਹਵਾ, ਉਹ ਅਸੀਂ ਵਿਗਾੜਤੀ। ਪਾਵਨ ਗੁਰੂ ਪਾਣੀ ਪਿਤਾ, ਦੂਜੇ ਨੰਬਰ 'ਤੇ ਸਾਡਾ ਜਿਹੜਾ, ਜਿਹਦੇ ਬਗੈਰ ਸਾਡਾ ਕਿਸੇ ਇੱਕ ਸਕਿੰਟ ਵੀ ਨਹੀਂ ਸੜਦਾ ਕਿਸੇ ਵੀ ਪ੍ਰਾਣੀ ਦਾ, ਅਤੇ ਉਹ ਅਸੀਂ ਨੇ ਵਿਗਾੜਤਾ। ਮਾਤਾ ਧਰਤੀ, ਧਰਤੀ ਮਾਂ ਦਾ ਕੀ ਹਿੱਲਾ ਕਰਤਾ ਪੈਸਟੀਸਾਈਡ ਨਾਲ। ਇਹਦੇ ਵਿੱਚ ਆਮ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਰਕਾਰ ਨੂੰ ਵੱਡੇ ਲੈਵਲ 'ਤੇ ਮੋਟੀਵੇਸ਼ਨ ਇੱਕ ਜਿਹੜੀ ਹੈਗੀ ਮੁਹਿੰਮ ਚਲਾਉਣੀ ਚਾਹੀਦੀ ਹੈ, ਇਹ ਅਤਿ ਜ਼ਰੂਰੀ ਹੈ। ਜੇਕਰ ਇਹ ਜ਼ਰੂਰੀ ਨਹੀਂ ਹੋਊਗਾ ਤਾਂ ਸਾਡੇ ਮੁਲਕ ਦੇ ਵਿੱਚ ਸਰਵਾਈਵ ਕਰਨਾ ਆਮ ਪਬਲਿਕ ਨੂੰ ਬਹੁਤ ਔਖਾ ਹੋ ਜੂਗਾ। ਆਪਣਾ ਤੁਸੀਂ ਅੱਜ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਹੈ ਪੌਦੇ ਵੰਡਣ ਦਾ, ਤੁਸੀਂ ਕੀ ਸੋਚ ਲੈ ਕੇ ਚੱਲੇ ਹੋ ਅਤੇ ਕੀ ਮੈਸੇਜ ਤੁਹਾਡਾ ਨੌਜਵਾਨਾਂ ਦੇ ਪੌਦੇ ਨੂੰ ਸੰਭਾਲਣ ਵਾਸਤੇ ਕੀ ਕਹਿਣਾ ਚਾਹੁੰਦੇ? ਪਹਿਲਾਂ ਤਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਣਾ ਲਾਈਫ ਕਲੱਬ ਆ, ਬਹੁਤ ਵਧੀਆ ਇੱਕ ਕੰਮ ਕਰ ਰਿਹਾ ਹੈਗਾ ਇੱਕ ਪੌਦੇ ਲਗਾਉਣ ਦਾ। ਇੱਕ ਪੌਦਾ ਜਿਵੇਂ ਆਪਾਂ ਲਗਾਉਂਦੇ ਹਾਂ ਤਾਂ ਕਹਿੰਦੇ ਹੁੰਦੇ ਇੱਕ ਰੁੱਖ 100 ਸੁੱਖ ਹੁੰਦੇ ਨੇ, ਅਤੇ ਆਪਾਂ ਇੱਕ ਇੱਕ ਮਨੁੱਖ ਇੱਕ ਇੱਕ ਵੀ ਰੁੱਖ ਲਾਵਾਂਗੇ ਤਾਂ ਉਹਦੇ ਨਾਲ ਜਿਹੜੀ ਆਕਸੀਜਨ ਆ ਹੈ ਨਾ ਉਹ ਜ਼ਿਆਦਾ ਵਾਤਾਵਰਨ ਵਿੱਚ ਫੈਲੂਗੀ। ਅਤੇ ਜਿਵੇਂ ਹੁਣ ਆਪਣੇ ਹਰ ਘਰ ਦੇ ਵਿੱਚ ਕਿੰਨੇ ਵਾਹਨ ਆ ਜਿਹਦੇ ਨਾਲ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ, ਤਾਂ ਮੇਰੇ ਸਾਰੇ ਆਪਣੇ ਯੂਥ ਨੂੰ ਇਹੀ ਰਿਕੁਐਸਟ ਆ ਅਤੇ ਆਪਣੇ ਬਜ਼ੁਰਗਾਂ ਨੂੰ ਵੀ ਕਿ ਤੁਸੀਂ ਵੱਧ ਤੋਂ ਵੱਧ ਰੁੱਖ ਲਾਓ, ਸਾਡਾ ਯੋਗਦਾਨ ਦਿਓ ਸਾਡੇ ਨਾਲ ਕਿ ਆਪਾਂ ਜਿਹੜਾ ਪੋਲਿਊਸ਼ਨ ਆ ਉਹਨੂੰ ਖਤਮ ਕਰ ਸਕੀਏ।
कोशिश करते हैं तो बहुत इंसान इदा जेडे कि मतलब रुख लै जाते बाद चुना बेअबदी करते उन्होंने सुट देंगे पर जेडे रुख आने मतलब धियां पुतों वाग ने इन्हों पालना है जे आप इन्हों पाले तो फिर ही अपन ऑक्सीजन मिलेगी तो फिर ही आप तंदुरुस्त रह सकते हैं। हाँ जी तुम की सोच लैके चलने जो पौधे लाने वास्ते नौजवान से अच्छे पौधा लाने वास्ते की मैसेज है जी। सत श्रीकाल जी सारियां नूं। वैसे जिवें कि लाइफ क्लब वालों कई बार जिहड़ा उपराला किया जाता पौधे लाने का तो जिहड़े फुल बूटियां दे या पौधियां दा जिहड़ा लंगर लाया जाता हुण विच जे इह वी सीगा कि असीं सारे जिवें जन्मदिन सैलीब्रेट करते हैं आपका है ना तो मतलब उहदे विच वी लाइफ क्लब नूं कई बुलाउंदे आ जां जन्मदिन की जड़ी एक केक नु कट्टन नु लैके उहदी थां ते आपदे जन्मदिन वाले भी दिन भी जिहड़े लोग आ पौधे वंडना ज़्यादा चंगा समझन लग चुके आ ते जिवें गुरबाणी दा भी फरमान आ विच कुदरत हर प्रभ वसै जीओ है ना तो मतलब जे असी गुरु साहब दे सिधांतां नु भी असी मन्नीए जां उहनां दी भी जे सुणीए तां उहनां ने भी सानू कुदरत नु पहल देण दी जिहड़ी एक महत्ता जिहड़ी सानू दसी गई आ। दूसरा जे असी अज पौद्या की सामभ संभाल आपदे धियां पुत्तां नू करांगे तां साडे धियां पुत्त अगे आने वाले टाइम च आने वाले समय दे विचों एक सुख का सह एक साफ सुथरी जिहड़ी जिहड़ा सह लै सकणगे नहीं तां बहुत सारियां जिहड़ियां बीमारियां कैंसर वर्गियां वह जिहड़े पोल्यूशन करके जिहड़ियां हो रही साडे सारयां दे घरां दे विच इक वाहन कारां गड्डियां हैगियां ने पर साडे घरां दे विच सानू सोचण दी अज लोड़ आ कि पौधे हैगे आ जां असीं ठीक है असं आपकी सुख सहूलत नहीं असी कारा गड्डिया मोटरसाइकिल लए हुए हैं पर असी आप फ्यूचर वास्ते असी पौधे किन्ने क लाए हैं जी उन्होंने किन्नी क देखभाल कर रहे हैं साडा सोसाइटी दे विच की योगदान आ की असी उस चीज़ बारे कभी सोचा तो जे असी अज इस टाइम इस चीज़ बारे ज नहीं सोचा तो साडा आने वाला जिहड़ा भविख आ वह बहुत ही ज़्यादा जिहड़ा वह धुंधला होगा। सच ते पैरा टीवी लई सतपाल गर्ग की रिपोर्ट।